ਧਰਤੀ ਉੱਪਰ ਪਾਣੀ ਦੀ ਕਿੱਲਤ ਨੂੰ ਦੇਖਦੇ ਹੋਏ ਝੋਨੇ ਕਣਕ ਦੀ ਫਸਲੀ ਦੇ ਚੱਕਰਾਂ ਤੋਂ ਨਿਕਲ ਕੇ ਬਾਗਬਾਨੀ ਜਾਂ ਹੋਰ ਫਸਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਅਜਿਹਾ ਕਹਿਣਾ ਹੈ ਇੱਕ ਬਟਾਲੇ ਦੇ ਰਹਿਣ ਵਾਲੇ ਕਿਸਾਨ ਦੀ, ਜਿਸਨੇ ਲੀਚੀ ਦੇ ਬਾਗ ਵਿੱਚੋਂ ਲੱਖਾਂ ਰੁਪਏ ਦੀ ਕਮਾਈ ਵੀ ਕੀਤੀ ਅਤੇ ਧਰਤੀ ਹੇਠਲਾ ਪਾਣੀ ਵੀ ਬਚਾਉਂਦਾ ਹੈ। ਇਸਦੇ ਨਾਲ ਹੀ ਉਹਨਾਂ ਦੱਸਿਆ ਕਿ ਪੌਦਿਆਂ ਦੇ ਨਾਲ ਵਾਤਾਵਰਨ ਸ਼ੁੱਧ ਕਰਨ ਦੇ ਵਿੱਚ ਵੀ ਮਦਦ ਮਿਲਦੀ ਹੈ। ਪਰ ਬਾਗਬਾਨੀ ਦੀ ਖੇਤੀ ਦੇ ਵਿੱਚ ਕੀ ਕੁਝ ਔਂਕੜਾਂ ਆਉਂਦੀਆਂ ਨੇ ਜਾਂ ਫਿਰ ਕਿਸ ਤਰ੍ਹਾਂ ਮੁਨਾਫਾ ਕਮਾਇਆ ਜਾਂਦਾ ਹੈ, ਉਹ ਕਰਦੇ ਹਾਂ ਗੱਲਬਾਤ ਕਿਸਾਨ ਦੇ ਨਾਲ। ਅੱਜ ਤੁਹਾਨੂੰ ਐਸੇ ਬਾਗ ਦਿਖਾਉਂਦੇ ਹਾਂ ਜਿਹੜਾ ਲੀਚੀ ਦਾ ਬਾਗ ਹੈ। ਕਣਕ ਝੋਨੇ ਤੋਂ ਇਲਾਵਾ ਜਿਹੜਾ ਇੱਥੇ ਕਾਰੋਬਾਰ ਹੈ ਜਿਹੜਾ ਲੀਚੀ ਦਾ ਕਰਦੇ ਹੈ, ਸਹਾਰਨਪੁਰ ਤੋਂ ਆਉਂਦੇ ਹੈ, ਪਰ ਜਿਹੜਾ ਕਾਰੋਬਾਰ ਹੈ ਉਹ ਬਟਾਲਾ ਦੇ ਵਿੱਚ ਕਰਦੇ, ਸਿਰਫ ਲੀਚੀ ਦਾ ਹੀ ਕਾਰੋਬਾਰ ਇਹਨਾਂ ਦਾ, ਕਿਉਂਕਿ ਲੀਚੀ ਜਿਹੜੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਫੇਮਸ ਹੈ ਲੀਚੀ। ਔਰ ਜਿਹੜੇ ਇਹ ਸਹਾਰਨਪੁਰ ਤੋਂ ਆਉਂਦੇ, ਇਹਨਾਂ ਨਾਲ ਗੱਲ ਵੀ ਕਰਦੇ ਹਾਂ ਵੀ ਗੁਰਦਾਸਪੁਰ ਜ਼ਿਲ੍ਹੇ 'ਚ ਜਿਹੜਾ ਕਾਰੋਬਾਰ ਕਰਦੇ ਕਿੰਨਾ ਕੁ ਇਹਨਾਂ ਨੂੰ ਫਾਇਦਾ ਮਿਲਦਾ ਹੈ। ਭਾਅ ਜੀ ਕੀ ਨਾਮ ਤੁਹਾਡਾ? ਜ਼ਹੀਰ ਖਾਨ ਜੀ ਮੇਰਾ ਨਾਮ। ਸਰ ਕੀ ਫਾਇਦਾ ਮਿਲਦਾ ਗੁਰਦਾਸਪੁਰ 'ਚ ਆਣ ਕੇ ਜਿਹੜਾ ਲੀਚੀ ਦਾ, ਕਿਉਂ ਆਉਂਦੇ ਤੁਸੀਂ? ਦੇਖੋ, ਇੱਕ ਤਾਂ ਹਮਾਰਾ ਬੜੋਸੇ ਕੰਮ ਚੱਲ ਰਿਹਾ ਹੈ, ਇਹੀ ਕੰਮ ਕਰਦੇ ਹਾਂ, ਬਾਗਬਾਨੀ ਕਾ ਹੀ ਕਰਦੇ ਹੈ ਔਰ ਬਾਗ ਲਗਾਤੇ ਵੀ ਹੈ, ਪੌਦੇ ਤਿਆਰ, ਆਪਣੀ ਨਰਸਰੀ ਹੈ ਹਮਾਰੀ ਲਿਮਿਟਿਡ, ਇਹ ਰੁੜਕੀ ਰੋਡ ਪੇ ਹੈ ਦੇਹਰਾਦੂਨ, ਔਰ ਬਾਗੋ ਕਾ ਕੰਮ ਵੀ ਕਰਦੇ ਹੈ, ਲੀਚੀ ਕਾ ਕੰਮ ਵੀ ਕਰਦੇ ਹੈ, ਆਮ ਕਾ ਕੰਮ ਵੀ ਕਰਦੇ ਹੈ, ਅਮਰੂਦ ਕਾ ਕੰਮ ਵੀ ਕਰਦੇ ਹੈ। ਅਮਰੂਦ ਵੀ ਅਭੀ ਹਮਾਰੇ ਪਾਸ ਹੈ, ਲੇਕਿਨ ਹਮ ਬਰਸਾਤੀ ਅਮਰੂਦ ਨਹੀਂ ਤਿਆਰ ਕਰਦੇ ਹਮ, ਉਸ ਬਰਸਾਤੀ ਕੋ ਉਤਾਰ ਕੇ ਦੂਸਰਾ ਫਲ ਲੈਤੇ ਹੈ, ਹਮਾਰਾ 25 ਰੁਪਏ ਜਾਂ 20 ਰੁਪਏ ਬਰਸਾਤੀ ਵਿਕਤਾ ਹੈ, ਜੋ ਬਰਸਾਤ ਮੇਂ ਅਮਰੂਦ ਚਲਤਾ ਹੈ, ਹਮ ਉਸਕੋ ਉਤਾਰ ਦੇਤੇ ਹੈ, ਫਿਰ ਦੂਸਰਾ ਅਮਰੂਦ ਲੈਤੇ ਹੈ। ਜਿਹੜਾ ਲੀਚੀ ਦਾ ਕੰਮ ਹੈ, ਲੀਚੀ ਦਾ ਕੰਮ ਫਿਰ ਕਿੱਦਾਂ ਕਰਦੇ ਹੋ ਧਿਆਨ ਕੇ ਤੁਸੀਂ? ਲੀਚੀ ਕਾ ਤਾਂ ਬਸ ਇਹ ਐਸਾ ਹੀ ਹੈ, ਮਤਲਬ ਦੇਖ ਰੇਖ ਕਰਦੇ ਹੈ, ਇਸਕੀ ਸਾਲ ਕੇ ਸਾਲ ਇਧਰ ਹੀ ਰਹਿਤੇ ਹੈ ਬਗੀਚੇ ਮੇਂ, ਯਹੀਂ ਪਰ ਹਮਾਰੀ ਦੇਖ ਰੇਖ ਰਹਿਤੀ ਹੈ, ਸਾਲ ਕੇ ਸਾਲ ਇਸਕੀ ਗੁਡਾਈ, ਪਾਣੀ, ਇਸਕੋ ਸਾਲ ਮੇਂ 1-1.5 ਮਹੀਨਾ ਪਾਣੀ ਚਾਹੀਏ, ਬਾਕੀ ਪੂਰੇ ਸਾਲ ਕੋਈ ਪਾਣੀ ਕੀ ਜ਼ਰੂਰਤ ਨਹੀਂ ਹੈ, ਪਾਣੀ ਫਿਰ ਜੇ ਜਿਤਨਾ ਦੇ ਦਿਓ ਕੋਈ ਦਿੱਕਤ ਨਹੀਂ। ਪੱਕਣ 'ਚ ਫਿਰ ਕਿੰਨਾ ਟਾਈਮ ਲੱਗਦਾ? ਪੱਕਣ ਮੇਂ ਇਸਕੋ 1-1.5 ਮਹੀਨਾ ਲੱਗ ਜਾਂਦਾ ਹੈ। ਫਿਰ ਖਿਆਲ ਵੀ ਰੱਖਣਾ ਪੈਂਦਾ ਹੋਣਾ? ਹਾਂਜੀ ਹਾਂਜੀ ਜੀ, ਹਾਂਜੀ ਹਾਂਜੀ, ਪਾਣੀ ਕਾ ਧਿਆਨ ਰੱਖਣਾ ਪੜਤਾ ਹੈ, ਔਰ ਸੁਬਹ ਸੁਬਹ ਹਮਕੋ ਇਸਕੋ 4-8 ਵਜੇ ਤੱਕ ਇਸ ਪੇ ਸਪਰੇ ਵੀ ਮਾਰਨਾ ਪੜਤਾ ਹੈ ਉੱਪਰ ਪੇੜ ਪੇ, ਸੁਬਹ ਸੁਬਹ ਇਸਕੇ ਉਸਸੇ ਸਾਈਜ਼ ਬਣਤਾ ਹੈ, ਜੈਸੇ ਆਜ ਕੱਲ ਗਰਮੀ ਜ਼ਿਆਦਾ ਹੋ ਰਹੀ ਹੈ, ਬਾਰਿਸ਼ ਹੋ ਨਹੀਂ ਰਹੀ ਹੈ, ਤੋ ਹਮਕੋ ਇਸਕੋ ਪਾਣੀ ਕਾ ਸਪਰੇ ਮਾਰਨਾ ਪੜਤਾ ਹੈ, ਔਰ ਉਸਸੇ ਡਬਲ ਮਾਰਜਨ ਹੋ ਜਾਤੀ ਹੈ, ਹਮਾਰੀ ਵਜਨ ਬਣ ਜਾਤਾ ਹੈ। ਦੇਖਿਆ ਜਾਏ ਜਿਸ ਤਰ੍ਹਾਂ ਮੀਂਹ ਨੇਰੀ ਆਉਂਦੀ ਹੈ, ਫਿਰ ਉਹਦੇ ਨਾਲ ਹੀ ਫਰਕ ਪੈਂਦਾ ਇਹਨੂੰ? ਜੀ ਜੀ, ਅੰਧੇਰੀ ਸੇ ਫਰਕ ਪੈ ਜਾਤਾ ਹੈ, ਮਤਲਬ ਜੈਸੀ ਅੰਧੇਰੀ ਹੈ ਉਸਕੇ ਅਨੁਸਾਰ ਨੁਕਸਾਨ ਹੋ ਜਾਤਾ ਹੈ, ਥੋੜ੍ਹਾ ਹੋਤਾ ਹੈ ਡੇਰ ਤਾਂ, ਲੇਕਿਨ ਅਭੀ ਹਮਾਰਾ ਠੀਕ, ਜ਼ਿਆਦਾ ਨੁਕਸਾਨ ਵੀ ਨਹੀਂ ਹੈ, ਕੋਈ ਦਿੱਕਤ ਨਹੀਂ ਹੈ। ਸਰ ਮੰਡੀ ਕਰਨ ਅਤੇ ਇਹਦਾ ਖਰਚਾ ਪਾਣੀ ਫਿਰ ਕਿਸ ਤਰ੍ਹਾਂ ਚੱਲਦਾ ਹੈ? ਮੰਡੀ ਕਾ ਤਾਂ ਜੀ ਬਸ ਇਹ ਹੈ ਕਿ ਮੰਡੀ ਵੀ ਲੈ ਜਾਤੇ ਹੈ, ਆਪਣਾ ਇੱਧਰ ਰੋਡ ਪੇ ਹਮਾਰਾ ਮਾਲ ਵਿਕ ਜਾਤਾ ਹੈ, ਬਾਹਰ ਏਅਰਪੋਰਟ ਪੇ ਵੀ ਜਾਤਾ ਹੈ, ਹਮਾਰੇ ਬਗੀਚੇ ਮੇਂ ਮਾਲ ਕੋ ਇਧਰ ਸੇ ਬੁਕਿੰਗ ਕਰਾ ਕੇ ਦੂਸਰੇ ਬੰਦੇ ਹਮਾਰੇ ਕੋ ਪੈਮਿਟ ਨਗਦ ਦੇ ਕੇ ਜਾਤੇ ਹੈ, ਯਹੀਂ ਪੇ ਹਮਾਰਾ ਮਾਲ ਵਿਕ ਜਾਤਾ ਹੈ। ਨਹੀਂ, ਇੰਡੀਆ ਸੇ ਬਾਹਰ ਜਾਤਾ ਹੈ, ਹਮ ਇਸਕੇ ਗ੍ਰੇਡਿੰਗ ਕਰਕੇ ਮਾਲ ਕੋ ਤਿਆਰ ਕਰਤੇ ਹੈ, 1 ਨੰਬਰ 2 ਨੰਬਰ ਹਮ ਇਧਰ ਹੀ ਵੇਚ ਲੈਤੇ ਹੈ, ਨੰਬਰ 1 ਮਾਲ ਜੋ ਹੈ ਹਮਾਰਾ ਬਾਹਰ ਏਅਰਪੋਰਟ ਪੇ ਜਾਤਾ ਹੈ। ਕਹਿੰਦੇ ਕਾਫੀ ਦੇਰ ਤੋਂ ਤੁਸੀਂ ਜਿਹੜੇ ਇੱਥੇ ਠੇਕੇ ਤੇ ਲੈਂਦੇ ਪਏ ਇੱਥੋਂ ਦੇ ਬਾਗ ਜਿਹੜੇ? ਹਾਂਜੀ, ਹਮ 1984 ਸੇ ਕੰਮ ਕਰ ਰਹੇ ਹਾਂ ਜੀ, ਇਹ ਠੇਕੇ ਸੇ ਲੈਤੇ ਹੈ। ਪੂਰਾ ਪਰਿਵਾਰ ਇੱਥੇ ਜਾਂਦਾ? ਪੂਰਾ ਪਰਿਵਾਰ ਆਪਣਾ ਸਭ ਰਲ ਮਿਲ ਕੇ ਕੰਮ ਕਰਤੇ ਹੈ ਜੀ। ਲੀਚੀ ਦਾ ਕਾਰੋਬਾਰ? ਲੀਚੀ ਕਾ ਕਾਰੋਬਾਰ ਹੈ, ਆਮ ਕਾ ਕਾਰੋਬਾਰ ਹੈ। ਸਿਹਤ ਲਈ ਕਿੰਨਾ ਕੁ ਫਾਇਦਾ ਮਿਲਦਾ? ਬਹੁਤ ਵਧੀਆ ਚੀਜ਼ ਹੈ ਜੀ, ਇਹ ਨੁਕਸਾਨ ਦੇਣ ਵਾਲੀ ਨਹੀਂ ਹੈ, ਬੰਦਾ ਇਸਕਾ ਜੂਸ ਵੀ ਬਣਾ ਕੇ ਪੀ ਸਕਦਾ ਹੈ, ਔਰ ਇਸਕੋ ਵੈਸੇ ਵੀ ਖਾ ਸਕਦਾ ਹੈ, ਕੋਈ ਦਿੱਕਤ ਨਹੀਂ ਹੈ ਇਸਕੋ ਖਾਣੇ ਮੇਂ, ਇਸ ਪੇ ਕੈਮੀਕਲ ਬਹੁਤ ਕਮ ਲੱਗਤਾ ਹੈ। ਜਿਸ ਤਰ੍ਹਾਂ ਕਣਕ ਝੋਨਾ ਵਾ, ਕਣਕ ਝੋਨੇ ਤੋਂ ਇਲਾਵਾ ਜਿਹੜਾ ਹੈ ਤੁਸੀਂ ਬਾਗਬਾਨੀ ਦਾ ਕੰਮ ਕਰਦੇ ਪਏ ਹੋ, ਕਿੰਨਾ ਕੁ ਫਾਇਦਾ ਫਿਰ ਉਸ 'ਚੋਂ ਮਿਲ ਜਾਂਦਾ ਹੈ? ਝੋਨੇ ਮੇਂ ਔਰ ਇਸਮੇਂ ਤਾਂ ਬਹੁਤ ਫਰਕ ਹੈ ਜੀ, ਬਹੁਤ ਫਰਕ ਹੈ, ਬਹੁਤ ਫਰਕ ਹੈ ਝੋਨੇ ਮੇਂ ਔਰ ਇਸਮੇਂ। ਇਹ ਏਕੜ, ਇੱਕ ਏਕੜ ਵਿਕ ਜਾਤਾ ਹੈ 3 ਲੱਖ ਕਾ, ਔਰ ਝੋਨਾ ਮੇਰੇ ਹਿਸਾਬ ਸੇ 1 ਲੱਖ ਕਾ ਵੀ ਨਹੀਂ ਨਿਕਲੇਗਾ ਇੱਕ ਏਕੜ ਮੇਂ ਸੇ, ਤੋ ਇਸਮੇਂ ਫਾਇਦਾ ਹੈ, ਔਰ 4 ਸਾਲ ਮੇਂ ਪੌਦਾ ਤਿਆਰ ਹੋ ਜਾਤਾ ਹੈ, 4 ਸਾਲ ਮੇਂ ਆਪ ਕੁਛ ਵੀ ਬਿਜਾਈ ਕਰ ਸਕਤੇ ਹੈ ਇੱਕ ਝੋਨਾ ਚੜ ਕੇ,
ਜੋ ਬਗੀਚਾ ਆਪਣੇ ਲਗਾਇਆ ਹੈ 4 ਸਾਲ ਕੇ ਬਾਅਦ ਮਤਲਬ 4 ਸਾਲ ਤੱਕ ਆਪ ਕੁਛ ਵੀ ਬਿਜਾਈ ਕਰ ਸਕਦੇ ਹੈ, ਉਸਕੇ ਬਾਅਦ ਫਿਰ ਕੁਛ ਵੀ ਬਿਜਾਈ ਨਾ ਕਰੋ। ਦੇਖਿਆ ਜਾਏ ਤਾਂ ਜਿਹੜੀ ਜਗ੍ਹਾ ਖਾਲੀ ਖਾਲੀ ਹੈ ਇਹਦੇ 'ਤੇ ਵੀ ਕੁਛ ਚੀਜ਼ ਲਗਾਈ ਜਾ ਸਕਦੀ ਹੈ? ਇਸਕੇ ਖਾਲੀ ਜਗ੍ਹਾ ਕੇ ਵਾਸਤੇ ਅਗਰ ਸਬਜ਼ੀ ਸੁਬਜ਼ੀ ਕਾ ਕੰਮ ਕਰ ਸਕਦੇ ਤਾਂ ਕਰ ਸਕਦੇ, ਕੋਈ ਨੁਕਸਾਨ ਨਹੀਂ ਇਸ, ਮਤਲਬ ਚੰਗਾ ਫਾਇਦਾ। ਹਾਂਜੀ 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 ਇਹ ਸੁਣਿਆ ਤੁਸੀਂ ਉਹਨਾਂ ਨੂੰ, ਉਹਨਾਂ ਨੇ ਕਿਹਾ ਵੀ ਜਿਹੜਾ ਇਹਦੇ ਬਾਗਬਾਨੀ ਦਾ ਚੰਗਾ ਫਾਇਦਾ ਵੀ ਮਿਲਦਾ ਇਹਨਾਂ ਨੂੰ ਔਰ ਜਿਹੜਾ ਰੇਟ ਹੈ ਵੀ ਚੰਗਾ ਭਲਾ ਇਹਨਾਂ ਨੂੰ ਵਧੀਆ ਰੇਟ ਮਿਲ ਵੀ ਜਾਂਦਾ, ਕਣਕ ਝੋਨੇ ਤੋਂ ਇਲਾਵਾ ਜਿਹੜਾ ਰੇਟ ਹੈ ਉਸ ਤੋਂ ਵੀ ਚੰਗਾ ਮਿਲ ਜਾਂਦਾ ਇਹਨਾਂ ਨੂੰ। ਮੈਂ ਬਟਾਲਾ ਤੋਂ ਵਿੱਕੀ ਮਲਿਕ।